ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਯੂਰਪ ਦੇ ਤੀਜੇ ਸਭ ਤੋਂ ਵੱਡੇ ਦੇਸ਼ ਸਵੀਡਨ ਬਾਰੇ। ਸਵੀਡਨ ਅਜਿਹਾ ਦੇਸ਼ ਹੈ ਜੋ ਚਾਰੇ ਪਾਸੇ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਸਵੀਡਨ ਦੇ ਪੱਛਮ ਵਿੱਚ ਨਾਰਵੇ ਅਤੇ ਪੂਰਬ ਵਿੱਚ ਡੈਨਮਾਰਕ ਸਥਿਤ ਹੈ। ਸਵੀਡਨ ਦਾ ਕੁੱਲ ਏਰੀਆ 4,50,000 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਸਵੀਡਨ ਦੇ 65% ਹਿੱਸੇ ਉੱਤੇ ਜੰਗਲ ਵਸਿਆ ਹੋਇਆ ਹੈ। ਸਵੀਡਨ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿੱਥੇ ਕੂੜੇ ਕਰਕਟ ਉੱਤੇ ਪੂਰਨ ਰੂਪ ਵਿੱਚ ਕਾਬੂ ਪਾ ਲਿਆ ਗਿਆ ਹੈ। ਇੱਥੇ ਕੂੜਾ ਕਰਕਟ ਖਾਸ ਤੌਰ ਪਰ ਨਾਰਵੇ ਤੋਂ ਮੰਗਵਾਇਆ ਜਾਂਦਾ ਹੈ ਤਾਂ ਕਿ ਉਸਨੂੰ ਰੀਸਾਈਕਲ ਕੀਤਾ ਜਾ ਸਕੇ। ਸਵੀਡਨ ਦੀ ਰਾਜਧਾਨੀ ਸਟਾਕਹੋਮ ਹੈ ਅਤੇ ਇਹ ਪਾਣੀ ਉੱਤੇ ਵਸਿਆ ਹੋਇਆ ਸ਼ਹਿਰ ਹੈ। ਸਵੀਡਨ ਵਿੱਚ ਨਾਰਵੇ ਵਾਂਗ ਬੱਚਿਆਂ ਤੋਂ ਵਿਗਿਆਪਨ ਵਿੱਚ ਕੰਮ ਕਰਵਾਉਣ 'ਤੇ ਸਖ਼ਤ ਮਨਾਹੀ ਹੈ। ਸਵੀਡਨ ਵੀ ਨਾਰਵੇ ਦਾ ਹਿੱਸਾ ਹੁੰਦਾ ਸੀ, ਬਾਅਦ ਵਿੱਚ ਸਵੀਡਨ ਨੂੰ ਅਲੱਗ ਦੇਸ਼ ਬਣਾ ਦਿੱਤਾ ਗਿਆ ਸੀ। ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਚਲਿਤ ਪੁਰਸਕਾਰ ਯਾਨੀ ਕਿ ਨੋਬੇਲ ਪੁਰਸਕਾਰ ਦੀ ਸ਼ੁਰੂਆਤ ਵੀ ਸਵੀਡਨ ਨੇ ਕੀਤੀ ਸੀ। ਇਹ ਪੁਰਸਕਾਰ ਸਾਲ 1901 ਤੋਂ ਦੇਣਾ ਸ਼ੁਰੂ ਕਰ ਦਿੱਤਾ ਗਿਆ ਸੀ। ਲਗਜ਼ਰੀ ਬੱਸਾਂ ਅਤੇ ਗੱਡੀਆਂ ਬਣਾਉਣ ਵਾਲੀ ਕੰਪਨੀ ਵੋਲਵੋ ਵੀ ਸਵੀਡਨ ਦੀ ਹੀ ਕੰਪਨੀ ਹੈ। ਸਵੀਡਨ ਦਾ ਫੇਮਸ ਖੇਡ ਫੁੱਟਬਾਲ ਹੈ ਜਿਸ ਨੂੰ ਸਵੀਡਿਸ਼ ਲੋਕ ਬੜੇ ਚਾਅ ਨਾਲ ਖੇਡਦੇ ਹਨ। ਸਵੀਡਨ ਦੀ ਓਫੀਸ਼ਲ ਭਾਸ਼ਾ ਸਵੀਡਿਸ਼ ਭਾਸ਼ਾ ਹੈ, ਪਰ ਇੱਥੇ 80% ਤੋਂ ਜ਼ਿਆਦਾ ਲੋਕ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਦੇ ਹਨ। ਮੈਕਡੋਨਲਡ ਦੀ ਗੱਲ ਕਰੀਏ ਤਾਂ ਯੂਰਪ ਵਿੱਚ ਸਭ ਤੋਂ ਜ਼ਿਆਦਾ ਮੈਕਡੋਨਲਡ ਸਵੀਡਨ ਵਿੱਚ ਹੀ ਪਾਏ ਜਾਂਦੇ ਹਨ। ਸਵੀਡਨ ਦੀ ਓਫੀਸ਼ਲ ਕਰੰਸੀ ਸਵੀਡਿਸ਼ ਕਰੋਨਾ ਹੈ। ਸਵੀਡਨ ਇੱਕ ਬਹੁਤ ਵਧੀਆ ਕੰਮ ਕਰਦਾ ਹੈ ਜੋ ਕਿ ਮਰੇ ਹੋਏ ਖਰਗੋਸ਼ਾਂ ਤੋਂ ਬਾਇਓਫਿਊਲ ਤਿਆਰ ਕਰਦਾ ਹੈ। ਇਹ ਸਨ ਸਵੀਡਨ ਬਾਰੇ ਕੁਝ ਇੰਟਰਸਟਿੰਗ ਫੈਕਟਸ। ਸੋ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਇੱਥੇ ਹੀ ਖਤਮ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇ ਸਾਡੇ ਚੈਨਲ ਨਾਲ ਨਵੇਂ ਜੁੜੇ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਵੀ ਦਬਾ ਦਿਓ। ਧੰਨਵਾਦ।